ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦੇ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀਆਂ ਚਰਚਾਵਾਂ ਹੋ ਰਹੀਆਂ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਆਹਮੋ ਸਾਹਮਣੇ ਹੋਏਗੇ, ਇਹ ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਵੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ। ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦੇ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀਆਂ ਚਰਚਾਵਾਂ ਹੋ ਰਹੀਆਂ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਆਹਮੋ ਸਾਹਮਣੇ ਹੋਏਗੇ, ਇਹ ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਵੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ। ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦੇ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀਆਂ ਚਰਚਾਵਾਂ ਹੋ ਰਹੀਆਂ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਆਹਮੋ ਸਾਹਮਣੇ ਹੋਏਗੇ, ਇਹ ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਵੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ। ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ। ਹਰੇਕ ਦਾ ਰਾਈਟ ਆ, ਹਰੇਕ ਇਲੈਕਸ਼ਨ ਲੜਦਾ ਜਿਹੜਾ ਏ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ, ਮਾਨ ਹੋਣੀ, ਸਾਰੇ ਬਹੁਤ ਜਿਹੜੇ ਲੀਡਰ ਏ ਜੇਲ੍ਹ 'ਚ ਸੀਗੇ, ਇਲੈਕਸ਼ਨਾਂ ਲੜੇ ਨੇ, ਅਤੇ ਇਸ ਕਰਕੇ ਉਹ ਕੋਈ ਹੱਲ ਨਹੀਂ, ਉਹ ਤਾਂ ਕੋਈ ਵੀ ਲੜ ਸਕਦੇ। ਇੱਕ ਲੁਧਿਆਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀਆਂ ਚਰਚਾਵਾਂ ਹੋ ਰਹੀਆਂ ਕਾਂਗਰਸ ਤੋਂ, ਤੁਹਾਡਾ ਕੀ ਲੱਗਦਾ ਕਿਹੋ ਜਿਹਾ? ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ, ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ। ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਆਹਮੋ ਸਾਹਮਣੇ ਹੋਏਗੇ, ਇਹ ਇਹ ਹਜੇ ਕੋਈ ਜੇ ਕੋਈ ਗੱਲ ਹੀ ਹੈ ਨਹੀਂ ਵੀ, ਇਹ ਤਾਂ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ।